की तकलीफ है? नहीं नहीं तकलीफ कोई नहीं, मैं तो दिखाना है नू, मतलब ओही तकलीफ पूछना कि इनू की तकलीफ है। नू थोड़े नाल गल होई सी ना, बिना चीर फाड़ तो ऑपरेशन करना तुसी। पंजाबी आंदी? हां जी। ए पीछे की लिखया बिना चीर फाड़ तो क्या लोगे? दरअसल डॉक्टर साहब गल इदा सी कि मैं जिन्ने डॉक्टरां नू पूछा ना, ਉਹ ਸਾਰੇ ਕਹਿੰਦੇ ਬਿਨਾਂ ਚੀਰ ਫਾੜ ਤੋਂ ਹੋ ਹੀ ਨਹੀਂ ਸਕਦਾ ਆਪਰੇਸ਼ਨ, ਤੇ ਮੈਨੂੰ ਡਰ ਬੜਾ ਲੱਗਦਾ ਚੀਰ ਫਾੜ ਤੋਂ। ਚੀਰ ਫਾੜ ਤੋਂ ਬਿਨਾਂ ਆਪਰੇਸ਼ਨ ਹੁੰਦੇ ਆ, ਉਹ ਜੇ ਡਾਕਟਰ ਕਹਿੰਦੇ ਚੀਰ ਫਾੜ ਤੋਂ ਬਗੈਰ ਹੋ ਨਹੀਂ ਸਕਦਾ, ਉਹਨਾਂ ਨੂੰ ਆਪਰੇਸ਼ਨ ਵਾਸਤੇ ਚੀਰ ਫਾੜ ਨਹੀਂ ਕਰਨੀ। ਹਾਂਜੀ ਜੀ, ਚੀਰ ਫਾੜ ਕਰਕੇ ਕਿਡਨੀ ਕੱਢ ਲੈਣੀ। ਨਹੀਂ ਪਰ ਇੱਕ ਆਪਰੇਸ਼ਨ ਤੋਂ ਤੁਸੀਂ ਪੈਸੇ ਕਿੰਨੇ ਲੈਂਦੇ ਹੋ? 50,000। 50,000 ਥੋੜੇ ਜ਼ਿਆਦਾ ਨਹੀਂ? ਜ਼ਿਆਦਾ? ਹਾਂਜੀ ਭਾਜੀ, 50,000 ਖਰਚ ਕੇ ਤੁਹਾਡਾ 2,50,000 ਰੁਪਇਆ ਬਚ ਗਿਆ। ਉਹ ਕਿੱਦਾਂ? ਤੁਹਾਡੀ ਕਿਡਨੀ ਨਹੀਂ ਨਿਕਲਣੀ। ਡਾਕਟਰ ਸਾਹਿਬ ਵੈਸੇ ਤੁਸੀਂ ਬੇਹੋਸ਼ ਤਾਂ ਨਹੀਂ ਕਰੋਗੇ ਮੈਨੂੰ ਆਪਰੇਸ਼ਨ ਕਰਨ ਲੱਗਿਆ? ਬੇਹੋਸ਼ ਕੀਤੇ ਬਗੈਰ ਕੋਈ ਵੀ ਡਾਕਟਰ ਆਪਰੇਸ਼ਨ ਨਹੀਂ ਕਰਦਾ। ਪਰ ਡਾਕਟਰ ਸਾਹਿਬ ਚੀਰ ਫਾੜ ਤੇ ਕਰਨੀ ਨਹੀਂ, ਫਿਰ ਬੇਹੋਸ਼ ਕਾਹਤੋਂ ਕਰਨਾ ਤੁਸੀਂ ਪੇਸ਼ੈਂਟ ਨੂੰ? ਜੇ ਮੈਂ ਤੈਨੂੰ ਬੇਹੋਸ਼ ਨਾ ਕਰਾਂ ਤੇ ਮੈਂ ਬਗੈਰ ਚੀਰ ਫਾੜ ਤੋਂ ਤੇਰਾ ਆਪਰੇਸ਼ਨ ਕਰਾਂਗਾ? ਇਹਨੂੰ ਸਾਰਾ ਕੁਝ ਦੇਖ ਲੈਣਾ ਮੈਂ ਕਰਦਾ ਕੀ ਪਿਆ, ਇਹ ਖੁਦ ਡਾਕਟਰ ਬਣ ਕੇ ਬਹਿ ਜਾਏਗਾ। ਡਾਕਟਰ ਸਾਹਿਬ ਤਿਆਰੀ ਕਰੋ, ਜਿਹੜਾ ਬਗੈਰ ਚੀਰ ਫਾੜ ਤੋਂ ਆਪਰੇਸ਼ਨ ਕਰਨਾ। ਲੈ ਲਓ ਲੈ ਆਓ, ਤੁਸੀਂ ਬੈਠੋ ਤੇ 10 ਮਿੰਟ ਮੈਂ ਇਹਨਾਂ ਨੂੰ ਲੈ ਕੇ ਜਾਣਾ। ਡਾਕਟਰ ਸਾਹਿਬ ਕਰੋ ਤਿਆਰੀ। ਆਓ ਜੀ ਆਓ ਆਓ, ਵੈਲਕਮ ਵੈਲਕਮ ਵੈਲਕਮ, ਆ ਜਾਓ ਆ ਜਾਓ। ਬਕਰਾ ਜੀ? ਨਹੀਂ ਨਹੀਂ, ਬਿਨਾਂ ਚੀਰ ਫਾੜ ਆ ਜਾਓ। ਫੇੜ ਜਾ ਸ਼ੇਰ ਬਣ ਸ਼ੇਰ। ਡੈਡੀ ਕਰਦੇ? ਹਾਊਸ ਹਸਬੈਂਡ ਹੈਗੇ ਜੀ। ਹਾਊਸ ਹਸਬੈਂਡ? ਥੋੜ੍ਹਾ ਉੱਧਰ ਮੁਕਾ ਸਰ, ਕੀ ਕਰਨ ਲੱਗੇ ਜੀ? ਉਹ ਕੁਝ ਨਹੀਂ, ਬਸ ਬੇਹੋਸ਼ ਕਰਨ ਦਾ ਟੀਕਾ ਲੱਗਣਾ ਮਾੜਾ ਜਿਹਾ। ਹੈਲੋ ਹੈਲੋ ਹੈਲੋ, ਗੁਰ ਨਰਸ ਕੋਲ ਕਾਊਂਟਰ ਤੋਂ ਲੈ ਲਈ 5,000। ਹਾਂਜੀ ਹਾਂਜੀ, ਆਪਰੇਸ਼ਨ ਕਾਮਯਾਬ ਹੈ? ਅੱਛਾ, ਹੋ ਗਏ, ਠੀਕ ਹੋ ਗਿਆ। ਇਹ ਵੀ ਆਪਣੇ ਡਾਕਟਰ ਸਾਹਿਬ ਨਾਲ ਜਿਹੜੇ। ਹਾਂਜੀ, ਮੈਂ ਲੈ ਜਾਵਾਂ ਉਹਨਾਂ ਨੂੰ। ਪੈਸੇ ਜਮ੍ਹਾਂ ਕਰਾ ਤੇ? ਨਹੀਂ, ਮੈਂ ਕਿਹਾ ਹੋਸ਼ ਆ ਗਿਆ ਤਾਂ ਜਾ ਕੇ ਕਰਾ ਦਿੰਦੇ। ਹੋਸ਼ ਆ ਜਾ ਜੀ, ਬੰਦਾ ਦੇ ਦਿਆਂਗੇ। ਬਾਹਰ ਪੈਸੇ ਜਮ੍ਹਾਂ ਕਰਾਓ ਕਾਊਂਟਰ ਤੇ ਤੁਸੀਂ। ਅੱਛਾ, ਮੈਂ ਕਰਾ ਦਿੰਦਾ ਬਿਨਾਂ ਚੀਰ ਫਾੜ ਤੋਂ ਆਪਰੇਸ਼ਨ। ਤੁਸੀਂ ਇਹਨੇ ਖੁਸ਼ ਕਿਉਂ? ਕੁਛ ਤਾਂ ਅੰਦਰ ਤੁਸੀਂ ਗੇਮ ਖੇਡ ਗਏ, ਬਾਹਰ ਮੈਂ ਖੇਡ ਗਿਆ।